ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਜਸਵੀਰ ਕੌਰ ਸੋ ਅਸੀਂ ਮੌਜੂਦਾ ਪੀਜੀਆਈ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿੱਥੇ ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਐਡਮਿਟ ਕੀਤਾ ਗਿਆ ਉਹਨੂੰ ਦਾਖਲ ਕੀਤਾ ਗਿਆ ਇੱਥੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਉਹ ਸਵੇਰੇ ਆਏ ਹੈ ਚੈੱਕਅਪ ਦੇ ਲਈ ਬਲਕੌਰ ਸਿੰਘ ਸਿੱਧੂ ਸਿੱਧੂ ਮੂਸੇਵਾਲ ਦੇ ਜਾਣ ਤੋਂ ਬਾਅਦ ਦੂਜੀ ਵਾਰ ਹੈ ਜਦੋਂ ਚੈੱਕਅਪ ਦੇ ਲਈ ਆਏ ਹੈ ਅਤੇ ਅਸੀਂ ਕਾਰਡਿਕ ਸੈਂਟਰ ਦੇ ਬਾਹਰ ਖੜ੍ਹੇ ਹਾਂ ਅਤੇ ਤੁਸੀਂ ਦੇਖ ਸਕਦੇ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਸਿੱਧੂ ਮੂਸੇਵਾਲ ਦੇ ਪਿਤਾ ਯਾਨੀ ਬਲਕੌਰ ਸਿੰਘ ਸਿੱਧੂ ਦੀ ਤਬੀਅਤ ਵਿਗੜੀ ਹੈ ਅਤੇ ਉਹ ਇੱਥੇ ਚੈੱਕਅਪ ਦੇ ਲਈ ਆਏ ਗਏ ਸੰਭਾਵਨਾ ਇਹ ਵੀ ਦੱਸੀ ਜਾ ਰਹੀ ਕਿ ਉਹਨੂੰ ਦਾਖਲ ਕਰਾਇਆ ਗਿਆ ਇੱਥੇ ਅਤੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਪੀਜੀਆਈ ਦੇ ਚੰਡੀਗੜ੍ਹ ਦੀ ਜਿੱਥੇ ਬਲਕੌਰ ਸਿੰਘ ਸਿੱਧੂ ਨੂੰ ਐਡਮਿਟ ਕੀਤੇ ਗਏ ਜਾਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਕਿਹਾ ਜਾ ਰਿਹਾ ਕਿ ਬਲਕੌਰ ਸਿੰਘ ਸਿੱਧੂ ਇੱਥੇ ਐਡਮਿਟ ਨੇ ਅਤੇ ਚੈੱਕਅਪ ਦੇ ਲਈ ਆਏ ਹੋਏ ਨੇ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਬਲਕੌਰ ਸਿੰਘ ਸਿੱਧੂ ਦੀ ਗਨਮੈਨ ਦੀ ਗੱਡੀ ਵੀ ਇੱਥੇ ਖੜ੍ਹੀ ਹੈ ਦੱਸਿਆ ਜਾ ਰਿਹਾ ਕਿ ਉਹ ਇਸੇ ਗੱਡੀ 'ਤੇ ਆਏ ਨੇ ਸਵੇਰੇ ਨੂੰ ਦਾਖਲ ਕਰਾਇਆ ਗਿਆ ਅਤੇ ਜਿਹੜਾ ਫਾਰਮ ਹੈਗਾ ਪੀਜੀ ਹੋਸਪਿਟਲ ਦਾ ਉਹ ਫਾਰਮ ਵੀ ਸਾਹਮਣੇ ਆਇਆ ਤੁਹਾਨੂੰ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਜਿੱਥੇ ਸਾਫ਼ ਤੌਰ 'ਤੇ ਮੋਬਾਈਲ ਨੰਬਰ ਡਾਕਟਰ ਦਾ ਨਾਮ ਵੀ ਦੱਸਿਆ ਗਿਆ ਹੈ ਅਤੇ ਇੱਕ ਫਾਰਮ ਸਾਹਮਣੇ ਆਇਆ ਜਿੱਥੇ ਸਾਫ਼ ਜ਼ਾਹਿਰ ਹੁੰਦਾ ਸਾਫ਼ ਸਪਸ਼ਟੀਕਰਨ ਦਿੱਤਾ ਗਿਆ ਹੈ ਕਿ ਇੱਥੇ ਹੀ ਦਾਖਲ ਕਰਦੇ ਨੇ ਕਾਰਡਿਕ ਸੈਂਟਰ ਵਿੱਚ ਦਾਖਲ ਨਹੀਂ ਅਤੇ ਤੁਹਾਨੂੰ ਗੱਡੀ ਦੀ ਤਸਵੀਰਾਂ ਦਿਖਾ ਰਹੇ ਹਾਂ ਜਸਟ ਬਲਕੌਰ ਸਿੰਘ ਸਿੱਧੂ ਸਵੇਰੇ ਆਏ ਗਏ ਅਤੇ ਦਾਖਲ ਕੀਤਾ ਗਿਆ ਉਹਨਾਂ ਨੂੰ ਪੀਜੀਆਈ ਦੇ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਲਾਈਵ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਾਰਡਿਕ ਸੈਂਟਰ ਦੇ ਬਾਹਰ ਆ ਸੀ ਅਤੇ ਬਲਕੌਰ ਸਿੰਘ ਸਿੱਧੂ ਇੱਥੇ ਐਡਮਿਟ ਕੀਤੇ ਗਏ ਸਨ ਪਰ ਹਾਲੇ ਤੱਕ ਕੁਝ ਵੀ ਸਾਹਮਣੇ ਨਹੀਂ ਆਇਆ ਕਿ ਉਹ ਕਿੰਨੇ ਨਾਲ ਆਏ ਨੇ ਕੌਣ ਆਇਆ ਹੈ ਬਟ ਇਹ ਜਿਹੜੀ ਗੱਲ ਹੈ ਇਹ ਸਾਫ਼ ਜ਼ਾਹਿਰ ਕਰ ਦਿੱਤੀ ਗਈ ਹੈ ਸਪਸ਼ਟੀਕਰਨ ਕਿਹਾ ਜਾ ਰਿਹਾ ਹੈ ਕਿ ਉਹ ਇੱਥੇ ਦਾਖਲ ਉਹ ਇੱਥੇ ਅੰਦਰ ਹੀ ਹੈ ਕਾਰਡਿਕ ਸੈਂਟਰ ਦੇ ਅੰਦਰ ਹੈ ਚੈੱਕਅਪ ਦੇ ਲਈ ਆਏ ਹੈ ਅਤੇ ਕਿਸੇ ਵੀ ਵੇਲੇ ਬਾਹਰ ਆ ਸਕਦੇ ਨੇ ਸੋ ਅਸੀਂ ਮੌਜੂਦਾ ਪੀਜੀਆਈ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿੱਥੇ ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਐਡਮਿਟ ਕੀਤਾ ਗਿਆ ਉਹਨੂੰ ਦਾਖਲ ਕੀਤਾ ਗਿਆ ਇੱਥੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਉਹ ਸਵੇਰੇ ਆਏ ਹੈ ਚੈੱਕਅਪ ਦੇ ਲਈ ਬਲਕੌਰ ਸਿੰਘ ਸਿੱਧੂ ਸਿੱਧੂ ਮੂਸੇਵਾਲ ਦੇ ਜਾਣ ਤੋਂ ਬਾਅਦ ਦੂਜੀ ਵਾਰ ਹੈ ਜਦੋਂ ਚੈੱਕਅਪ ਦੇ ਲਈ ਆਏ ਹੈ ਅਤੇ ਅਸੀਂ ਕਾਰਡਿਕ ਸੈਂਟਰ ਦੇ ਬਾਹਰ ਖੜ੍ਹੇ ਹਾਂ ਅਤੇ ਤੁਸੀਂ ਦੇਖ ਸਕਦੇ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਸਿੱਧੂ ਮੂਸੇਵਾਲ ਦੇ ਪਿਤਾ ਯਾਨੀ ਬਲਕੌਰ ਸਿੰਘ ਸਿੱਧੂ ਦੀ ਤਬੀਅਤ ਵਿਗੜੀ ਹੈ ਅਤੇ ਉਹ ਇੱਥੇ ਚੈੱਕਅਪ ਦੇ ਲਈ ਆਏ ਗਏ ਸੰਭਾਵਨਾ ਇਹ ਵੀ ਦੱਸੀ ਜਾ ਰਹੀ ਕਿ ਉਹਨੂੰ ਦਾਖਲ ਕਰਾਇਆ ਗਿਆ ਇੱਥੇ ਅਤੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਪੀਜੀਆਈ ਦੇ ਚੰਡੀਗੜ੍ਹ ਦੀ ਜਿੱਥੇ ਬਲਕੌਰ ਸਿੰਘ ਸਿੱਧੂ ਨੂੰ ਐਡਮਿਟ ਕੀਤੇ ਗਏ ਜਾਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਕਿਹਾ ਜਾ ਰਿਹਾ ਕਿ ਬਲਕੌਰ ਸਿੰਘ ਸਿੱਧੂ ਇੱਥੇ ਐਡਮਿਟ ਨੇ ਅਤੇ ਚੈੱਕਅਪ ਦੇ ਲਈ ਆਏ ਹੋਏ ਨੇ ਲਾਈਵ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿਹੜੇ ਬਲਕੌਰ ਸਿੰਘ ਸਿੱਧੂ ਦੀ ਗਨਮੈਨ ਦੀ ਗੱਡੀ ਵੀ ਇੱਥੇ ਖੜ੍ਹੀ ਹੈ ਦੱਸਿਆ ਜਾ ਰਿਹਾ ਕਿ ਉਹ ਇਸੇ ਗੱਡੀ 'ਤੇ ਆਏ ਨੇ ਸਵੇਰੇ ਨੂੰ ਦਾਖਲ ਕਰਾਇਆ ਗਿਆ ਅਤੇ ਜਿਹੜਾ ਫਾਰਮ ਹੈਗਾ ਪੀਜੀ ਹੋਸਪਿਟਲ ਦਾ ਉਹ ਫਾਰਮ ਵੀ ਸਾਹਮਣੇ ਆਇਆ ਤੁਹਾਨੂੰ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਜਿੱਥੇ ਸਾਫ਼ ਤੌਰ 'ਤੇ ਮੋਬਾਈਲ ਨੰਬਰ ਡਾਕਟਰ ਦਾ ਨਾਮ ਵੀ ਦੱਸਿਆ ਗਿਆ ਹੈ ਅਤੇ ਇੱਕ ਫਾਰਮ ਸਾਹਮਣੇ ਆਇਆ ਜਿੱਥੇ ਸਾਫ਼ ਜ਼ਾਹਿਰ ਹੁੰਦਾ ਸਾਫ਼ ਸਪਸ਼ਟੀਕਰਨ ਦਿੱਤਾ ਗਿਆ ਹੈ ਕਿ ਇੱਥੇ ਹੀ ਦਾਖਲ ਕਰਦੇ ਨੇ ਕਾਰਡਿਕ ਸੈਂਟਰ ਵਿੱਚ ਦਾਖਲ ਨਹੀਂ ਅਤੇ ਤੁਹਾਨੂੰ ਗੱਡੀ ਦੀ ਤਸਵੀਰਾਂ ਦਿਖਾ ਰਹੇ ਹਾਂ ਜਸਟ ਬਲਕੌਰ ਸਿੰਘ ਸਿੱਧੂ ਸਵੇਰੇ ਆਏ ਗਏ ਅਤੇ ਦਾਖਲ ਕੀਤਾ ਗਿਆ ਉਹਨਾਂ ਨੂੰ ਪੀਜੀਆਈ ਦੇ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਲਾਈਵ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਾਰਡਿਕ ਸੈਂਟਰ ਦੇ ਬਾਹਰ ਆ ਸੀ ਅਤੇ ਬਲਕੌਰ ਸਿੰਘ ਸਿੱਧੂ ਇੱਥੇ ਐਡਮਿਟ ਕੀਤੇ ਗਏ ਸਨ ਪਰ ਹਾਲੇ ਤੱਕ ਕੁਝ ਵੀ ਸਾਹਮਣੇ ਨਹੀਂ ਆਇਆ ਕਿ ਉਹ ਕਿੰਨੇ ਨਾਲ ਆਏ ਨੇ ਕੌਣ ਆਇਆ ਹੈ ਬਟ ਇਹ ਜਿਹੜੀ ਗੱਲ ਹੈ ਇਹ ਸਾਫ਼ ਜ਼ਾਹਿਰ ਕਰ ਦਿੱਤੀ ਗਈ ਹੈ ਸਪਸ਼ਟੀਕਰਨ ਕਿਹਾ ਜਾ ਰਿਹਾ ਹੈ ਕਿ ਉਹ ਇੱਥੇ ਦਾਖਲ ਉਹ ਇੱਥੇ ਅੰਦਰ ਹੀ ਹੈ ਕਾਰਡਿਕ ਸੈਂਟਰ ਦੇ ਅੰਦਰ ਹੈ ਚੈੱਕਅਪ ਦੇ ਲਈ ਆਏ ਹੈ ਅਤੇ ਕਿਸੇ ਵੀ ਵੇਲੇ ਬਾਹਰ ਆ ਸਕਦੇ ਨੇ ਅਤੇ ਹੋਰ ਅਪਡੇਟਸ ਤੁਹਾਨੂੰ ਦਿੰਦੇ ਰਹਾਂਗੇ ਅਤੇ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ।